ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਸ਼ ਵਿਦੇਸ਼ ਦੇ ਵਿੱਚ ਫੋਕਸ ਪੰਜਾਬੀ ਵੈਬਸਾਈਟ ਦੇਖ ਰਹੇ ਸਮੂਹ ਦਰਸ਼ਕਾਂ ਦਾ ਇੱਕ ਵਾਰੀ ਮੈਂ ਸਵਾਗਤ ਕਰਦਾ ਹਾਂ। ਸੋ ਅੱਜ ਸਾਡੇ ਦਰਮਿਆਨ ਕੌਮ ਦੇ ਉਹ ਹੀਰੇ ਜਿਨ੍ਹਾਂ ਨੂੰ ਗੁਰੂ ਘਰ ਦੇ ਵਜ਼ੀਰ ਦਾ ਦਰਜਾ ਦਿੱਤਾ ਗਿਆ ਹੈ, ਸਾਡੇ ਸਤਿਕਾਰਯੋਗ ਪੰਜ ਪਿਆਰੇ ਸਾਹਿਬਾਨ ਜਿਨ੍ਹਾਂ ਦੀ ਅਗਵਾਈ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਖੰਡਾ ਸਾਹਿਬ ਕਰ ਰਹੇ ਨੇ, ਸਾਡੇ ਦਰਮਿਆਨ ਤਸ਼ਰੀਫ ਲੈ ਕੇ ਆਏ ਨੇ। ਸਾਰਿਆਂ ਨੂੰ ਮੈਂ ਇੱਕ ਵਾਰੀ ਫੇਰ ਫਤਿਹ ਦੀ ਸਾਂਝ ਕਰਦਾ ਜੀ। ਭਾਈ ਸਾਹਿਬ ਜੀ, ਅੱਜ ਦਾ ਜਿਹੜਾ ਤੁਹਾਡਾ ਮੀਟਿੰਗ ਦਾ ਕੀ ਸ਼ਡਿਊਲ ਸੀ, ਇਹਦੇ ਬਾਰੇ ਥੋੜ੍ਹਾ ਜਿਹਾ ਸੰਖੇਪ ਦੇ ਵਿੱਚ ਸਾਨੂੰ ਦੱਸੋ। ਅੱਜ ਮੇਨ ਤਾਂ ਹੈਗਾ ਸੀਗਾ ਕਿ ਜਿਹੜੇ ਖਡੂਰ ਸਾਹਿਬ ਤੋਂ ਬੀਬੀ ਪਰਮਜੀਤ ਕੌਰ ਖਾਲੜਾ ਕਿਸੇ ਵੀ ਪਾਰਟੀ ਵੱਲੋਂ ਹੁਣ ਉਹ ਖਲੋਤੇ ਨੇ ਅਤੇ ਉਹਨਾਂ ਦਾ ਸਮਰਥਨ ਕਰਨਾ, ਅਤੇ ਦੂਸਰਾ ਸੀਗਾ ਬਾਦਲ ਦਲ ਨੂੰ ਗੁਰੂ ਘਰ ਵਿੱਚੋਂ ਕੱਢਣਾ ਜੀ। ਹਾਂਜੀ, ਅਤੇ ਫਿਰ ਅੱਜ ਦੇ ਇਸ ਮੀਟਿੰਗ ਦੇ ਵਿੱਚ ਜਿੰਨੀਆਂ ਵੀ ਆਰਗਨਾਈਜੇਸ਼ਨ ਜਥੇਬੰਦੀਆਂ ਇਕੱਠੀਆਂ ਹੋਈਆਂ ਨੇ ਮਾਸਟਰ ਸੰਤੋਖ ਸਿੰਘ ਜੀ ਦੀ ਅਗਵਾਈ ਹੇਠ, ਉਹਨਾਂ ਨੇ ਕੀ ਡਿਸੀਜ਼ਨ ਕੀ ਲਿਆ ਜੀ? ਹੁਣ ਡਿਸੀਜ਼ਨ ਉਹਨਾਂ ਨੇ ਇੱਕ ਤਾਂ ਇਹ ਲਿਆ ਹੈ ਕਿ ਅਸੀਂ ਬੀਬੀ ਪਰਮਜੀਤ ਕੌਰ ਖਾਲੜਾ ਜਿਹੜੀ ਹੈ ਉਹਨਾਂ ਦੇ ਘਰ ਵਾਲੇ ਸਰਦਾਰ ਜਸਵੰਤ ਸਿੰਘ ਖਾਲੜਾ ਖਾਲਸਾ ਪੰਥ ਦੀਆਂ ਉਹ ਕਾਰਜ ਕਰਕੇ ਗਏ ਜਿਹੜੇ ਪੰਜਾਬ ਦੇ ਵਿੱਚ 1984 ਤੋਂ ਲੈ ਕੇ 1993 ਤੱਕ ਜੋ ਨੰਗਾ ਨਾਚ ਪੰਜਾਬ ਪੁਲਿਸ ਨੇ ਭਾਰਤ ਸਰਕਾਰ ਨੇ ਕੀਤਾ, 1.5 ਲੱਖ ਨੌਜਵਾਨਾਂ ਨੂੰ ਸ਼ਹੀਦ ਕੀਤਾ, ਉਹਨਾਂ ਵਿੱਚੋਂ 25,000 ਦੀ ਨਿਸ਼ਾਨਦੇਹੀ ਜਿਹੜੀ ਆ ਉਹ ਸਰਦਾਰ ਜਸਵੰਤ ਸਿੰਘ ਖਾਲੜਾ ਜੀ ਨੇ ਕੀਤੀ ਸੀ, ਅਤੇ ਉਹ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਘਰਵਾਲੀ ਖਡੂਰ ਸਾਹਿਬ ਤੋਂ ਖੜ੍ਹੇ ਨੇ ਭਾਰਤ ਦੀ ਪਾਰਲੀਮੈਂਟ ਵਿੱਚ ਜਾਣ ਵਾਸਤੇ। ਅਸੀਂ ਸਮੂਹ ਖਾਲਸਾ ਪੰਥ ਨੂੰ ਇਹ ਬੇਨਤੀ ਕਰਦੇ ਹਾਂ ਕਿ ਉਸ ਬੀਬੀ ਨੂੰ ਇੱਕ ਇੱਕ ਮੋਹਰ ਲਾ ਕੇ ਉਹਨੂੰ ਕਾਮਯਾਬ ਕਰੋ ਤਾਂ ਕਿ ਸਾਡੇ ਸਿੱਖਾਂ ਦੀ ਪੰਥ ਦੀ ਗੱਲ ਜਿਹੜੀ ਆ ਉਹ ਪਾਰਲੀਮੈਂਟ ਵਿੱਚ ਪਹੁੰਚ ਸਕੇ। ਸਿੰਘ ਸਾਹਿਬ ਜੀ, ਬੜਾ ਤੁਸੀਂ ਇੱਕ ਅੱਛਾ ਆਨਸਰ ਦਿੱਤਾ ਹੈਗਾ ਵੀ ਪੰਥ ਦੀ ਗੱਲ ਜਿਹੜੀ ਹੈ ਉਹ ਪਾਰਲੀਮੈਂਟ ਤੱਕ ਪਹੁੰਚ ਸਕੇ, ਸਿੱਖੀ ਮਸਲੇ ਜਿਹੜੇ ਨੇ ਉਹ ਹੱਲ ਹੋ ਸਕਣ। ਹਾਂਜੀ, ਤੇ ਬਟ ਇੱਕ ਵੀ ਬੜਾ ਮੈਂ ਕਹਿੰਦਾ ਸਵਾਲ ਉੱਠਦਾ ਸੰਗਤ ਦੇ ਵਿੱਚ ਵੀ ਬੀਬੀ ਖਾਲੜਾ ਜੀ ਉਸ ਪਰਿਵਾਰ ਚੋਂ ਨੇ ਭਾਈ ਸਾਹਿਬ ਭਾਈ ਜਸਵੰਤ ਸਿੰਘ ਜੀ ਖਾਲੜਾ ਜੀ ਦੇ ਜਿਨ੍ਹਾਂ ਨੇ ਮਨੁੱਖੀ ਅਧਿਕਾਰਾਂ ਦੀ ਗੱਲ ਕੀਤੀ, ਠੀਕ ਹੈ ਜੀ, ਡਟ ਕੇ ਪਹਿਰਾ ਦਿੱਤਾ ਹੈਗਾ ਤੇ ਆਪਣੀ ਆਵਾਜ਼ ਨੂੰ ਬੁਲੰਦ ਕੀਤਾ, ਤੁਸੀਂ ਬੀਬੀ ਖਾਲੜਾ ਦੀ ਸਪੋਰਟ ਦਾ ਐਲਾਨ ਕਰ ਰਹੇ ਹੋ ਤੇ ਬਾਕੀ ਜਿਹੜੇ ਪੰਜਾਬ ਦੇ ਖੇਤਰ ਹੈਗੇ ਨੇ 13 ਸੀਟਾਂ ਹੋਰ ਵੀ ਨੇ, ਇੱਕ ਸੀਟ ਤੁਸੀਂ ਬੀਬੀ ਖਾਲੜਾ ਦੇ ਤੇ ਬਾਕੀ ਰਹਿ ਗਈਆਂ ਜੀ 12 ਵਿੱਚ ਵੀ ਪੰਥਕ ਚਿਹਰੇ ਵਿਤਰੇ ਹੋਏ ਨੇ ਮੈਦਾਨ ਵਿੱਚ, ਉਹਨਾਂ ਬਾਰੇ ਕੀ ਸੋਚਿਆ? ਨਹੀਂ, ਅਸੀਂ ਤਾਂ ਇਹ ਗੱਲ ਕਹਿੰਦੇ ਹਾਂ ਕਿ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਉਹਨਾਂ ਵੀਰਾਂ ਨੂੰ ਵੋਟਾਂ ਪਾਓ ਜਿਹਨਾਂ ਦਾ ਦਾਮਨ ਜਿਹੜਾ ਵਾ ਬਿਲਕੁਲ ਸਾਫ਼ ਹੈ, ਜਿਹਨਾਂ ਨੇ ਪੰਥ ਲਈ ਕੁਛ ਕੀਤਾ ਜਾਂ ਪੰਥ ਲਈ ਕਰ ਰਹੇ ਨੇ ਉਹਨਾਂ ਨੂੰ ਇੱਕ ਕੀਮਤੀ ਵੋਟ ਜਿਹੜੀ ਪਾਉਣੀ ਚਾਹੀਦੀ ਹੈ। ਪਰ ਅੱਜ ਦਾ ਜਿਹੜੀ ਗੱਲ ਸੀ ਉਹ ਸੀ ਕੇਵਲ ਬੀਬੀ ਖਾਲੜਾ ਜੀ ਦੇ ਵਾਸਤੇ ਸੀ, ਔਰ ਪੰਜਾਬ ਦੇ ਵਿੱਚ ਅਸੀਂ ਤਾਂ ਇਹ ਕਹਾਂਗੇ ਵੀ ਕਾਂਗਰਸ ਨੇ ਸਾਨੂੰ ਕੁੱਟਿਆ ਲੁੱਟਿਆ ਮਾਰਿਆ ਪਰ ਪ੍ਰਕਾਸ਼ ਸਿੰਘ ਬਾਦਲ ਅਤੇ ਬੀਜੇਪੀ ਨੇ ਸਾਡੀਆਂ ਜੜ੍ਹਾਂ ਦੇ ਵਿੱਚ ਤੇਲ ਪਾਇਆ, ਸਾਨੂੰ ਜੜ੍ਹ ਤੋਂ ਖਤਮ ਕਰਨ ਦਾ ਯਤਨ ਕੀਤਾ। ਇਸ ਲਈ ਇਹਨਾਂ ਦੋਨਾਂ ਪਾਰਟੀਆਂ ਨੂੰ ਰਵਾਇਤੀ ਪਾਰਟੀਆਂ ਨੂੰ ਪਾਸੇ ਰੱਖ ਕੇ ਜਿਹੜੇ ਚੰਗੇ ਸੁਹਿਰਦ ਵਧੀਆ ਕੈਂਡੀਡੇਟ ਨੇ ਉਹਨਾਂ ਨੂੰ ਜਿਹੜੀ ਸੰਗਤ ਵੋਟ ਪਾਵੇ। ਭਾਈ ਸਾਹਿਬ, ਤੁਸੀਂ ਹੁਣੇ ਗੱਲ ਕੀਤੀ ਹੈਗੀ ਹੈ ਵੀ ਉਹਨਾਂ ਧਿਰਾਂ ਨੂੰ ਹਰਾਉਣ ਦੀ ਗੱਲ ਕੀਤੀ ਹੈ, ਹਾਂਜੀ, ਤੇ ਬੀਬੀ ਖਾਲੜਾ ਦੀ ਸਪੋਰਟ ਦੀ ਗੱਲ ਕੀਤੀ ਹੈ, ਪਰ ਮੈਂ ਇੱਥੇ ਕਿਹਾ ਵੀ ਸੰਗਤ ਦੇਖ ਰਹੀ ਹੈ ਵੀ ਐਜ ਏ ਤੁਸੀਂ ਸਿੰਘ ਸਾਹਿਬਾਨ ਹੋ ਸਾਡੇ, ਵੀ ਰਿਲੀਜੀਅਸ ਟੱਚ ਹੈਗਾ ਤੁਹਾਡੇ ਵਿੱਚ, ਪਰ ਤੁਸੀਂ ਅੱਜ ਰਾਜਨੀਤਿਕ ਦੀ ਗੱਲ ਕਰ ਰਹੇ ਹੋ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਨਹੀਂ, ਧਰਮ ਤੇ ਰਾਜਨੀਤੀ ਤੇ ਸਿੱਖੀ ਦੇ ਵਿੱਚ ਇੱਕ ਹੈ, ਤੋਂ ਤਾਂ ਆਪਾਂ ਭੱਜ ਹੀ ਨਹੀਂ ਸਕਦੇ। ਹਾਂਜੀ, ਕਿਉਂਕਿ ਸਾਡੇ ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੀ ਨੇ ਦੋ ਤਲਵਾਰੀ ਪਹਿਨੀਆਂ, ਕਮੀਰ ਦੀ ਇੱਕ, ਪੀਰ ਦੀ, ਉਹਨਾਂ ਦੋ ਤਲਵਾਰਾਂ ਪਹਿਨ ਕੇ, ਕਿਉਂਕਿ ਜਿੰਨਾ ਚਿਰ ਰਾਜਨੀਤੀ ਧਰਮ ਦੇ ਅੰਦਰ ਚੱਲੂਗੀ ਉਨਾ ਚਿਰ ਜ਼ੁਲਮ ਦਾ ਨਾਸ ਹੋਏਗਾ, ਅਤੇ ਜਦੋਂ ਰਾਜਨੀਤੀ ਹਾਵੀ ਹੋ ਜਾਂਦੀ ਹੈ ਅਤੇ ਧਰਮ ਜਿਹੜਾ ਨੀਵਾਂ ਆ ਜਾਂਦਾ, ਤਾਂ ਉਸ ਟਾਈਮ 'ਤੇ ਫਿਰ ਜ਼ੁਲਮ ਹੀ ਕਰਦਾ। ਜਿਸ ਤਰ੍ਹਾਂ ਇੱਕ ਸ੍ਰੀ ਸਾਹਿਬ ਜਿਹਨੂੰ ਆਪਾਂ ਸ੍ਰੀ ਸਾਹਿਬ ਕਹਿੰਦੇ ਹਾਂ ਪਰ ਲੋਕ ਉਹਨੂੰ ਤਲਵਾਰ ਕਹਿੰਦੇ ਆ, ਕਿਰਪਾਨ ਕਹਿੰਦੇ ਆ, ਉਹ ਭਾਰਤ ਦੇ ਰਾਜੇ ਦੇ ਹੱਥ ਆਈ, ਉਹ ਧਰਮੀ ਨਹੀਂ ਸੀ, ਇਸ ਕਰਕੇ ਉਹਨੇ ਇੱਥੇ ਜ਼ੁਲਮ ਕੀਤਾ, ਅਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹੱਥ ਉਹੀ ਤਲਵਾਰ ਆਈ ਅਤੇ ਉਹਨਾਂ ਨੇ ਹਲੇਮੀ ਰਾਜ ਜਿਹੜਾ ਪੈਦਾ ਕਰ ਦਿੱਤਾ, ਥੋੜ੍ਹੇ ਸਮੇਂ ਬਾਅਦ ਹੀ ਖਾਲਸਾ ਰਾਜ। ਸਿੰਘ ਸਾਹਿਬ ਜੀ, ਇੱਥੇ ਤੁਸੀਂ ਹੁਣ ਗੱਲ ਕੀਤੀ ਹੈ ਮੀਰੀ ਅਤੇ ਪੀਰੀ ਦੇ ਸਿਧਾਂਤ ਦੀ, ਹਾਂਜੀ, ਜੋ ਸਾਨੂੰ ਗੁਰੂ ਸਾਹਿਬਾਨ ਨੇ ਦਿੱਤਾ ਹੈਗਾ, ਅਤੇ ਤੁਸੀਂ ਉਸੇ ਸੋਚ ਨੂੰ ਲੈ ਕੇ ਬੀਬੀ ਖਾਲੜਾ ਦੀ ਅੱਜ ਸਪੋਰਟ ਕਰਨ ਜਾ ਰਹੇ ਹੋ, ਠੀਕ ਹੈ ਜੀ? ਪਰ ਮੈਂ ਇਹ ਵੀ ਸੋਚਦਾ ਵਾ ਵੀ ਮੀਰੀ ਪੀਰੀ ਦੇ ਸਿਧਾਂਤ ਨੂੰ ਲੈ ਕੇ ਜੇ ਆਪਾਂ ਸਪੋਰਟ ਕਰ ਰਹੇ ਹਾਂ, ਦੂਜੇ ਪਾਸੇ ਇੱਕ ਟਕਸਾਲੀ ਅਕਾਲੀ ਦਲ ਹੈ, ਉਹ ਵੀ ਆਪਣੇ ਭਰਾ ਨੇ, ਅਤੇ ਉਹ ਤੁਹਾਡੀ ਇਸ ਬੇਨਤੀ ਨੂੰ ਸਵੀਕਾਰ ਕਰਨਗੇ? ਜੇ ਤਾਂ ਵਾਕਈ ਟਕਸਾਲੀ ਅਕਾਲੀ ਹੈ ਤਾਂ ਉਹਨਾਂ ਨੂੰ ਪਤਾ ਹੋਣਾ ਚਾਹੀਦਾ ਵੀ ਜਸਵੰਤ ਸਿੰਘ ਖਾਲੜਾ ਅਕਾਲੀ ਦਲ ਦਾ ਮਨੁੱਖੀ ਅਧਿਕਾਰ ਵਿੰਗ ਦਾ ਉਸ ਟਾਈਮ 'ਤੇ ਮੁਖੀ ਸੀ ਜਦੋਂ ਉਹਨੂੰ ਚੁੱਕ ਕੇ ਮਾਰਿਆ ਗਿਆ,
ਫਿਰ ਤਾਂ ਉਹਨਾਂ ਨੂੰ ਆਪਣੇ ਆਪ ਹੀ ਸਰੈਂਡਰ ਕਰ ਦੇਣਾ ਚਾਹੀਦਾ। ਨਹੀਂ ਉਹਨਾਂ ਦੇ ਜਿਹੜੇ ਕੈਂਡੀਡੇਟ ਜਨਰਲ ਜੇਜੇ ਸਿੰਘ ਜੀ ਖੜੇ ਨੇ ਉਹ ਵਿਡਰਾਅ ਕਰ ਲੈਣਗੇ, ਕਿਉਂਕਿ ਇਦਾਂ ਦੇ ਤੁਸੀਂ ਅਪੀਲ ਕਰੋ। ਮੈਂ ਕਹਿੰਦਾ ਜੇ ਵਾਕਿਆ ਉਹ ਟਕਸਾਲੀ ਅਕਾਲੀ ਨੇ ਤੇ ਫਿਰ ਉਹ ਆਪਣੇ ਵੱਡੇ ਦੀ ਇੱਜ਼ਤ ਵੱਲ ਸਵਾਲ ਬਣਾ ਕੇ ਉਹਦੇ ਭਾਈ ਜਸਵੰਤ ਸਿੰਘ ਖਾਲੜਾ ਅਕਾਲੀ ਦਲ ਦਾ ਜਿਹੜਾ ਹੈਗਾ ਸੀ ਵਿੰਗ ਉਹਦਾ ਮੁਖੀ ਸੀ। ਨਹੀਂ ਇਸ ਵੇਲੇ ਸਿਚੁਏਸ਼ਨ ਇਹ ਆਈ ਪਈ ਹੈ, ਤੁਸੀਂ ਇਸ ਮੁੱਦੇ ਤੇ ਕੋਈ ਸੰਗਤ ਨੂੰ ਅਪੀਲ ਜਾਰੀ ਕਰੋਗੇ? ਨਹੀਂ ਮੈਂ ਤਾਂ ਇਹ ਗੱਲ ਕਹਿ ਦਿੱਤੀ ਤੁਹਾਨੂੰ ਵੀ ਵਾਕਿਆ ਉਹ ਟਕਸਾਲੀ ਅਕਾਲੀ ਨੇ ਤੇ ਫਿਰ ਆਪਣੇ ਮਨੁੱਖੀ ਅਧਿਕਾਰ ਉਹ ਲੰਬੜਦਾਰ ਉਹ ਸਹੀ ਸਾਹਿਬ ਨੂੰ ਏਕਤਾ ਦੀ ਅਪੀਲ ਕਰਾਂਗੇ, ਉਹ ਆਪਣੇ ਨੂੰ ਟਕਸਾਲੀ ਕਹਿੰਦੇ ਨੇ ਸ਼ੁਰੂ ਤੋਂ। ਮੇਰਾ ਕਹਿਣ ਦਾ ਭਾਵ ਹੈਗਾ ਹੈ ਇਸ ਮੁੱਦੇ ਤੇ ਸਮੂਹ ਸਿੱਖ ਸੰਗਤ ਨੂੰ ਸਮੂਹ ਧਿਰਾਂ ਨੂੰ ਇਕੱਠੀਆਂ ਕਰਨ ਲਈ ਤੁਸੀਂ ਐਜ਼ ਏ ਪੰਜ ਪਿਆਰੇ ਸਿੰਘ ਸਾਹਿਬਾਨ ਕੋਈ ਅਪੀਲ ਕਰੋਗੇ ਜਿੱਦਾਂ ਤੁਸੀਂ ਪਹਿਲੇ ਵੀ ਕੀਤੀ ਜਿੱਦਾਂ ਵਾਰਵਾਰੀ ਮੋਰਚੇ ਦੇ ਵਿੱਚ ਕੀਤੀ? ਅਸੀਂ ਹਮੇਸ਼ਾ ਹੀ ਇਸ ਗੱਲ ਦੇ ਮਦਈ ਰਹੇ ਹਾਂ ਕਿ ਖਾਲਸਾ ਪੰਥ ਜਦੋਂ ਏਕਤਾ ਵਿੱਚ ਆਇਆ ਉਦੋਂ ਖਾਲਸਾ ਪੰਥ ਨੇ ਵੱਡੀਆਂ ਮੱਲਾਂ ਮਾਰੀਆਂ। ਖਾਲਸਾ ਪੰਥ ਜਦੋਂ ਛੋਟੇ ਛੋਟੇ ਹਿੱਸਿਆਂ ਵਿੱਚ ਵੰਡਿਆ ਗਿਆ ਉਦੋਂ ਖੁਆਰੀ ਹੋਈ ਹੈ। ਇਸ ਲਈ ਆਓ ਆਪਣੇ ਪੁਰਾਤਨ ਜਿਹੜਾ ਸਾਡਾ ਇਤਿਹਾਸ ਉਹਨੂੰ ਮੁੱਖ ਰੱਖ ਕੇ ਹੋਏ ਇਕੱਤਰ ਮਿਲੋ, ਮੇਰੇ ਭਾਈ ਦੁਬਧਾ ਦੂਰ ਕਰੋ, ਲਿਬਲਾਏ ਹਰਨਾਮੇ ਕੀ ਹੋਵੋ ਜੋੜੀ ਗੁਰਮੁਖ ਬੈਸੋ ਸਫ਼ਾ ਵਿਛਾਏ। ਉਹ ਕੇਵਲ ਤੇ ਕੇਵਲ ਏਕਤਾ ਜਿਹੜੀ ਆ ਉਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਹੀ ਹੋ ਸਕਦੀ, ਹੋਰ ਕਿਤੇ ਨਹੀਂ ਹੋ ਸਕਦੀ। ਖਾਲੜਾ ਦੇ ਵਿੱਚ ਇੱਕ ਗੁਣ ਹੈ ਕਿ ਪੱਤਰਕਾਰਾਂ ਨੇ ਉਹਨਾਂ ਨੂੰ ਪੁੱਛਿਆ ਸੀ ਵੀ ਤੁਹਾਡਾ ਏਜੰਡਾ ਕੀ ਹੋਏਗਾ, ਉਹ ਕਹਿੰਦੀ ਮੇਰਾ ਏਜੰਡਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ। ਇਸੇ ਕਰਕੇ ਅਸੀਂ ਉਸ ਬੀਬੀ ਦਾ ਸਮਰਥਨ ਕਰ ਰਹੇ ਹਾਂ। ਦੂਸਰਾ ਸਮਰਥਨ ਕਰਨ ਦਾ ਹੈ ਵੀ ਉਹਨਾਂ ਦੇ ਘਰ ਵਾਲੇ ਨੇ ਇੱਕ ਬੜੀ ਵੱਡੀ ਕੁਰਬਾਨੀ ਕੀਤੀ ਹੈ ਸਾਡੀ ਕੌਮ ਵਾਸਤੇ, ਉਹਨਾਂ ਨੇ ਆਪਣਾ ਆਪ ਵਾਰਿਆ। ਇਸ ਕਰਕੇ ਉਸ ਬੀਬੀ ਨੂੰ ਅਸੀਂ ਨਮਸਕਾਰ ਕਰਦੇ ਹਾਂ ਜਿਹਨੇ ਕਿਹਾ ਸੀ ਵੀ ਸਾਡਾ ਏਜੰਡਾ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਜੀ ਦੀ ਸਿੱਖਿਆ। ਸਿੰਘ ਸਾਹਿਬ ਜੀ ਬਸ ਜਾਂਦੇ ਜਾਂਦੇ ਸਮਾਂ ਥੋੜ੍ਹਾ ਹੈਗਾ, ਦੋ ਸਵਾਲਾਂ ਰਹਿ ਗਏ ਨੇ ਸਾਡੇ ਕੋਲੋਂ, ਟਾਈਮ ਵੀ ਉਨਾ ਕੀ ਹੈ। ਮੇਰਾ ਦੂਜਾ ਸਵਾਲ ਹੈ ਭਾਈ ਮਨਵਿੰਦਰ ਸਿੰਘ ਗਿਆਸਪੁਰਾ, ਹਾਂਜੀ, ਜਿਹੜਾ ਫਤਿਹਗੜ੍ਹ ਸਾਹਿਬ ਦੀ ਪਾਵਨ ਧਰਤੀ ਤੋਂ ਸ਼ਹੀਦਾਂ ਦੀ ਧਰਤੀ ਤੋਂ ਚੋਣ ਲੜ ਰਿਹਾ, ਉਹ ਵੀ ਮਨੁੱਖੀ ਅਧਿਕਾਰ ਦਾ ਇੱਕ ਰਾਖਾ ਆ ਜਿਹਨੇ ਹੋਂਦ 'ਚ ਲੜਕਾਣ ਕੱਢਿਆ, ਹਾਂਜੀ ਹਾਂ, ਉਹਦੇ ਬਾਰੇ ਤੁਹਾਡਾ ਕੀ ਸਟੈਂਡ ਹੋਏਗਾ? ਅਸੀਂ ਜਿੱਥੋਂ ਤੱਕ ਗਿਆਸਪੁਰੇ ਦੀ ਗੱਲ ਹੈ ਅਸੀਂ ਉਹਦੀ ਵੀ ਪੁਰਜ਼ੋਰ ਹਮਾਇਤ ਕਰਦੇ ਹਾਂ ਵੀ ਕਿਉਂਕਿ ਉਹਨੇ ਵੀ ਕੌਮ ਵਾਸਤੇ ਕੁਛ ਕੀਤਾ। ਅਸੀਂ ਤੁਹਾਨੂੰ ਪਹਿਲਾਂ ਬੇਨਤੀ ਕੀਤੀ ਵੀ ਜਿੰਨੇ ਵੀ ਕੈਂਡੀਡੇਟ ਪੰਜਾਬ ਦੇ ਵਿੱਚ ਖਲੋਤੇ ਆ ਜਿਹੜੇ ਚੰਗੇ ਆ ਜਿਨ੍ਹਾਂ ਨੇ ਕੌਮ ਬਾਰੇ ਕੁਛ ਕੀਤਾ, ਸਾਨੂੰ ਉਹਨਾਂ ਦਾ ਸਮਰਥਨ ਕਰਨਾ ਚਾਹੀਦਾ, ਸਾਨੂੰ ਉਹਨਾਂ ਦਾ ਵੱਧ ਤੋਂ ਵੱਧ ਉਹਨਾਂ ਨੂੰ ਹੌਸਲਾ ਅਫਜ਼ਾਈ ਦੇਣੀ ਚਾਹੀਦੀ ਹੈ ਕਿ ਜਿਹੜੀ ਕੌਮ ਜਿਹੜੀ ਆ ਉਹ ਉਹਨਾਂ ਨੂੰ ਜ਼ਰੂਰ ਵੋਟ ਪਾਏ। ਇਹ ਇਲੈਕਸ਼ਨਾਂ ਤੋਂ ਪਹਿਲਾਂ ਇਹਨਾਂ ਨੂੰ ਇੱਕ ਪਲੇਟਫਾਰਮ ਤੇ ਇਕੱਠਾ ਕਰਨ ਦੀ ਕੋਸ਼ਿਸ਼ ਕਰੋਗੇ ਵੀ ਆਹ ਸਾਡੇ ਪੰਥਕ ਕੈਂਡੀਡੇਟ ਨੇ ਆਪਾਂ ਸਪੋਰਟ ਕਰਨੀ ਹੈ? ਵੇਖੋ ਇੱਥੇ ਇਹ ਇੱਕ ਸਾਡੀ ਕੌਮ ਦੀ ਤਰਾਸਦੀ ਆ ਵੀ ਪਿਛਲੇ 3 ਸਾਲ ਤੋਂ ਅਸੀਂ ਇਹੀ ਕੰਮ ਕਰਦੇ ਆ ਰਹੇ ਹਾਂ ਵੀ ਇੱਕ ਥਾਂ ਹੋ ਜਾਓ, ਇੱਕ ਥਾਂ ਹੋ ਜਾਓ, ਇੱਕ ਥਾਂ ਹੋ ਜਾਓ। ਸਿੱਖ ਉਦੋਂ ਹੀ ਮਾਰ ਖਾਂਦਾ ਜਦੋਂ ਵੱਖ ਵੱਖ ਹੁੰਦਾ ਹੈ, ਤੇ ਪਹਿਲਾਂ ਵੀ ਪੰਕਤੀ ਪੜ੍ਹੀ ਸੀ, ਹੁਣ ਫਿਰ ਕਰਦੇ ਹਾਂ ਵੀ ਜਬ ਲੱਗ ਮੇਰੀ ਮੇਰੀ ਕਰੈ ਤਬ ਲੱਗ ਕਾਜ ਇੱਕ ਨਹੀਂ ਸਰੈ, ਜਾਂ ਮੇਰੀ ਮੇਰੀ ਮਿਟ ਜਾਏ ਤਾਂ ਪ੍ਰਭ ਕਾਜ ਸਵਾਰੇ ਆਏ। ਜਦੋਂ ਅਸੀਂ ਮੇਰੀ ਮੇਰੀ ਮਟਾ ਕੇ ਇੱਕ ਪਲੇਟਫਾਰਮ ਤੇ ਇਕੱਠੇ ਹੋ ਗਏ ਫਿਰ ਸਾਡਾ ਕਾਰਜ ਰਾਸ ਹੋ ਜਾਂਦਾ। ਜਾਂਦੇ ਜੀ ਇੱਕ ਅਖੀਰਲਾ ਸਵਾਲ ਹੈਗਾ, ਬਰਗਾੜੀ ਕਾਂਡ ਇੱਕ ਵਾਰੀ ਫੇਰ ਸੁਰਖੀਆਂ ਦੇ ਵਿੱਚ ਆ ਗਿਆ ਹੈਗਾ, ਸਿੱਟ ਕਵਰ ਪ੍ਰਤਾਪ ਸਿੰਘ ਉਹਨਾਂ ਨੂੰ ਆਊਟ ਕਰ ਦਿੱਤਾ ਗਿਆ, ਤੁਹਾਨੂੰ ਕੀ ਲੱਗਦਾ ਹੈਗਾ ਕਿ ਇਹ ਮਤਲਬ ਕੁਛ ਹੈ ਜਾਂ ਖਤਮ? ਵੇਖੋ ਜੀ ਪਹਿਲੀ ਤਾਂ ਗੱਲ ਇਹ ਆ ਵੀ ਇੱਕ ਦਿਨ ਮੈਂ ਡਿਬੇਟ ਸੁਣ ਰਿਹਾ ਸੀ ਤੇ ਉਹਦੇ ਵਿੱਚ ਵੀ ਆਈ ਸੀ ਇਹ ਗੱਲ ਵੀ ਜਿਹੜਾ ਸਾਡਾ ਹੈਗਾ ਇਲੈਕਸ਼ਨ ਕਮਿਸ਼ਨ ਉਹਨੂੰ ਹੱਕ ਹੀ ਕੋਈ ਨਹੀਂ ਵੀ ਚੱਲ ਰਹੀ ਸੀਟ ਦਾ ਮੈਂਬਰ ਬਦਲੇ। ਕਿਉਂ? ਕਿਉਂਕਿ ਉਹ ਬਦਲ ਸਕਦੇ ਸਿਰਫ ਉਹਨਾਂ ਅਫਸਰਾਂ ਨੂੰ ਜਿਹੜਾ ਚੋਣ ਨੂੰ ਪ੍ਰਭਾਵਿਤ ਕਰ ਰਿਹਾ ਹੋਵੇ। ਜਿਹੜਾ ਚੋਣ ਦੇ ਸਮੇਂ ਜੇ ਤਾਂ DC ਹੈ ਜਾਂ SSP ਹੈ ਜਾਂ ਪੁਲਿਸ ਹੈ, ਇਹ ਕੋਈ ਨਾ ਕੋਈ ਕਰ ਸਕਦੇ ਆ। ਉਹ ਜਿਹੜੀ ਸਿੱਟ ਹੈ ਉਹ ਤੇ ਪਿਛਲੇ 6 ਮਹੀਨੇ ਤੋਂ ਜਾਂ ਸਾਲ ਤੋਂ ਬਣੀ ਆ ਰਹੀ ਹੈ ਤੇ ਉਦੋਂ ਤੋਂ ਕੰਮ ਕਰਦੀ ਆ ਰਹੀ ਹੈ। ਇਸ ਕਰਕੇ ਉਹਨੂੰ ਇਸ ਸਿੱਟ ਦੇ ਵਿੱਚੋਂ ਬਾਹਰ ਕੱਢਣ ਦਾ ਮਤਲਬ ਬਾਦਲ ਤੇ ਉਹਦਾ ਲਾਣਾ ਜਿਹੜਾ ਉਹ ਬਖਲਾ ਗਿਆ, ਉਹਨੂੰ ਪਤਾ ਲੱਗ ਗਿਆ ਕਿ ਜੈਕਾਰ ਕੀ ਉਹ ਧਰਮੀਆਂ ਕਾ ਪਾਪੀ ਕੋ ਦੰਡ ਦੀ ਹੋ, ਇਸ ਕਰਕੇ ਮੈਨੂੰ ਹੁਣ ਦੰਡ ਮਿਲਣਾ। ਇਸ ਕਰਕੇ ਉਹਨੇ ਆਪਣਾ ਅਸਰ ਰਸੂਖ ਵਰਤ ਕੇ ਤੇ ਨਜਾਇਜ਼ ਇਲੈਕਸ਼ਨ ਕਮਿਸ਼ਨ ਨੂੰ ਵਰਤ ਕੇ ਉਹਨਾਂ ਨੇ ਜਿਹੜਾ ਕਰਾਉਣਾ ਕਾਰਨਾਮਾ ਕੀਤਾ। ਵੇਖੋ ਜਿਹੜਾ ਕੌਰ ਵਿਜੇ ਪ੍ਰਤਾਪ ਸਿੰਘ ਹੈ, ਸਾਡੀ ਉਹਦੇ ਨਾਲ ਕੋਈ ਯਾਰੀ ਨਹੀਂ, ਕੋਈ ਦੋਸਤੀ ਨਹੀਂ, ਨਾ ਸਾਡਾ ਉਹ, ਸਾਨੂੰ ਪਤਾ ਕਿੱਥੋਂ ਦਾ ਨਹੀਂ, ਪਰ ਐਜ ਏ ਅਫੀਸਰ ਉਹ ਵਧੀਆ ਕੰਮ ਕਰ ਰਿਹਾ ਸੀ ਤੇ ਅਸੀਂ ਉਹਦਾ ਸਮਰਥਨ ਕਰਦੇ ਹਾਂ, ਵਾਪਸ ਆਉਣਾ ਚਾਹੀਦਾ। ਨਹੀਂ ਮਜੀਠੀਆ ਸਾਹਿਬ ਨੇ ਹੁਣੇ ਬਿਆਨ ਦਿੱਤਾ ਵੀ ਕਾਂਗਰਸ ਪਾਰਟੀ ਨੂੰ ਟਿਕਟ ਦੇ ਦੇਣੀ ਚਾਹੀਦੀ ਹੈ ਉਹਨੂੰ, ਕੰਵਰ ਪ੍ਰਤਾਪ ਸਿੰਘ ਨੂੰ, ਵਿਜੇ ਪ੍ਰਤਾਪ ਸਿੰਘ ਨੂੰ। ਸੋ ਇਹ ਮਤਲਬ ਮਜੀਠੀਆ ਤੇ ਜਿਹੜਾ ਹੈਗਾ ਵਾ ਅਕਾਲੀ ਦਲ ਦਾ ਪ੍ਰਧਾਨ, ਇਹਨਾਂ ਨੂੰ ਤਾਂ ਬੋਲਣ ਦਾ ਪਤਾ ਨੀ ਕੀ ਬੋਲਣਾ ਕੀ ਨੀ ਬੋਲਣਾ। ਆਹ ਹੁਣ 1919 ਦਾ ਜਿਹੜਾ ਸਾਕਾ ਜਿਹੜਾ 100 ਸਾਲ ਪੂਰੇ ਹੋਣ ਵਾਲੇ ਆ ਤੇ ਬਾਹਾਂ ਖੜੀਆਂ ਕਰ ਕਰਕੇ ਕਹਿੰਦੇ ਆ ਕਿ ਜਿਹੜੀ ਹੈਗੀ ਬ੍ਰਿਟਿਸ਼ ਗੌਰਮੈਂਟ ਤੋਂ ਮਾਫ਼ੀ ਮੰਗੇ ਤੇ ਤੂੰ ਤੂੰ ਕਿਉਂ ਨੀ ਮਾਫ਼ੀ ਮੰਗਦਾ, ਤੂੰ ਉਹਨੂੰ ਸਰੋਪਾ ਦਿੱਤਾ ਤੇ ਨਾਲੇ ਤੁਹਾਡੇ ਘਰ ਉਹਨਾਂ ਨੇ ਲੰਗਰ ਪਾਣੀ ਛਕਿਆ। ਮੈਨੂੰ ਆਪਣੇ ਵੱਲ ਧਿਆਨ। ਸੋ ਸਿੰਘ ਸਾਹਿਬ ਜਾਂਦੇ ਜਾਂਦੇ ਅਖੀਰਲਾ ਸਵਾਲ ਇਹ ਹੈਗਾ, ਪਿਛਲੇ ਦਿਨੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਫਾਰਗ ਕੀਤੇ ਗਏ 523 ਮੁਲਾਜ਼ਮਾਂ ਨੂੰ ਦੁਬਾਰਾ ਬਹਾਲ ਕਰ ਦਿੱਤਾ ਗਿਆ। ਆ ਗਈ ਰਿਪੋਰਟ? ਹਾਂਜੀ ਠੀਕ ਹੈ।
ਬਹਾਲ ਕਰ ਦਿੱਤਾ ਗਿਆ ਤੇ ਪੰਥਕ ਗਲਿਆਰਿਆਂ ਵਿੱਚ ਇਹ ਵੀ ਇੱਕ ਚਰਚਾ ਚੱਲ ਰਹੀ ਹੈ ਵੀ ਜੇ ਉਹ ਬਹਾਲ ਹੋ ਸਕਦੇ ਨੇ ਤੇ ਸਾਡੇ ਜਿਹੜੇ ਪੰਜ ਸਿੰਘ ਸਾਹਿਬਾਨ ਸੀ ਉਹਨਾਂ ਨੂੰ ਕਿਉਂ ਨਹੀਂ ਬਹਾਲ ਕੀਤਾ ਜਾ ਰਿਹਾ ਵੀ ਚਰਚਾ ਇੱਕ ਨਵੀਂ ਸ਼ੁਰੂ ਹੋ ਗਈ ਹੈ ਇਹਦੇ ਬਾਰੇ ਕੀ ਕਹਿਣਾ ਚਾਹੋਗੇ ਬਸ ਜੀ ਵੇਖੋ ਅਸੀਂ ਅਕਾਲ ਤਖ਼ਤ ਸਾਹਿਬ ਦੇ ਉੱਪਰ ਪੰਜ ਪਿਆਰੇ ਸਿੰਘਾਂ ਵਜੋਂ ਭਰਤੀ ਹੋਏ ਉੱਥੇ ਅਸੀਂ ਅੰਮ੍ਰਿਤ ਸੰਚਾਰ ਜਿਹੜਾ ਕਰਦੇ ਸੀ ਅਤੇ ਅੱਜ ਵੀ ਅਸੀਂ ਸ਼੍ਰੀ ਅਕਾਲ ਤਖ਼ਤ ਸਾਹਿਬ ਦੀ ਮਰਿਆਦਾ ਨੂੰ ਹੀ ਮੁੱਖ ਰੱਖ ਕੇ ਭਾਵੇਂ ਅਸੀਂ ਵੱਖ ਵੱਖ ਸੰਪਰਦਾਵਾਂ 'ਚੋਂ ਆਏ ਹਾਂ ਕਿਸੇ ਨੇ ਟਕਸਾਲ ਤੋਂ ਸੰਥਿਆ ਲਈ ਹੈ ਕਿਸੇ ਨੇ ਨਿਹੰਗ ਸਿੰਘਾਂ ਤੋਂ ਲਈ ਹੈ ਕਿਸੇ ਨੇ ਹੋਰ ਜਥਾ ਸਗਾ ਤੋਂ ਲਈ ਹੈ ਕੋਈ ਮਿਸ਼ਨਰੀ ਤੋਂ ਵੀ ਹੋ ਸਕਦਾ ਅਸੀਂ ਹਮੇਸ਼ਾ ਹੀ ਸ਼੍ਰੀ ਅਕਾਲ ਤਖ਼ਤ ਸਾਹਿਬ ਨੂੰ ਪ੍ਰਮੁੱਖ ਕਰਕੇ ਚੱਲੇ ਹਾਂ ਇਹ ਸਾਨੂੰ ਕੱਢਣ ਵਾਲੇ ਕੌਣ ਆ ਅਸੀਂ ਤਾਂ ਜੇ ਵੀ ਪੰਥ ਦੀ ਕਚਹਿਰੀ ਦੇ ਵਿੱਚ ਹਾਂ ਇਸ ਕਰਕੇ ਸਾਡਾ ਅਸੀਂ ਤਾਂ ਸਸਪੈਂਡ ਹੀ ਨਹੀਂ ਹੋਏ ਬਹਾਲ ਹੋਣਾ ਸਾਨੂੰ ਕੀ ਕਰਨਾ ਮਤਲਬ ਯੂ ਆਰ ਸੈਟੀਸਫਾਈਡ ਯੈਸ ਓਕੇ ਸੋ ਇਹ ਸਾਨੂੰ ਭਾਈ ਸਾਹਿਬ ਭਾਈ ਸਤਨਾਮ ਸਿੰਘ ਜੀ ਜਿਨ੍ਹਾਂ ਨੇ ਬੜੇ ਖੁੱਲੇ ਡੁੱਲੇ ਵਿਚਾਰ ਸਾਡੇ ਨਾਲ ਪ੍ਰਗਟ ਕੀਤੇ ਨੇ ਤੇ ਦੱਸਿਆ ਕਿ ਉਹ ਅੱਜ ਵੀ ਆਪਣੇ ਸਟੈਂਡ ਦੇ ਅਟਲ ਖੜੇ ਨੇ ਤੇ ਮੀਰੀ ਪੀਰੀ ਦੇ ਸਿਧਾਂਤ ਨੂੰ ਲੈ ਕੇ ਜੋ ਵੀ ਜਦੋਂ ਜਿਹਾ ਉਹ ਕਰ ਰਹੇ ਨੇ ਤੇ ਕਰਨਗੇ ਉਹਦੇ ਚ ਪ੍ਰਪੱਕ ਨੇ ਸੋ ਸਾਰਿਆਂ ਦਾ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਮਿੰਟ ਵਾਸਤੇ ਜੀ